अस्सलाम वालेकुम दोस्तों, मैं हूं आपका दोस्त मोहम्मद उस्मान और वेलकम करता हूं आपको आपके अपने चैनल एस्टीमेट आइडिया पे। दोस्त हमारे साथ मौजूद हैं हमारे दोस्त मोहम्मद आतिफ, जो कि कूलिंग मास्टर हैं, जो कि फ्रिज, एसी, रेफ्रिजरेटर वगैरह का जो है वो काम करते हैं। तो आज वो हमें बताएंगे कि कंप्रेसर जो है उसको चेंज करना चाहिए या फिर रिपेयर करवाना चाहिए। ठीक है, अगर आप रिपेयर करवाते हैं तो फिर जो है वो उसमें अपना कितना फ़ायदा होगा, और अगर आप रिप्लेस कर लेते हैं तो उसमें आपका कितना फ़ायदा होगा। तो चलिए उन्हीं से उन्हीं की ज़बानी जो है वो सुनते हैं। ਫਰਿੱਜ ਦੇ ਕੰਪਰੈਸਰ ਦੇ ਬਾਰੇ ਦੱਸਣਾ ਸਰ ਕਿ ਇਹਦੇ ਅੰਦਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਅਤੇ ਕੀ ਇਹਦੇ 'ਚ ਮਸਲਾ ਆਉਂਦਾ ਇਹਦੇ ਨਾਲ। ਸਾਰਿਆਂ ਤੋਂ ਪਹਿਲੇ ਤਾਂ ਫਰਿੱਜ ਦੇ ਹਰ ਇੱਕ ਕੰਪਨੀ ਦਾ ਅਲੱਦਾ ਅਲੱਦਾ ਕੰਪਰੈਸਰ ਅਤੇ ਅਲੱਦਾ ਅਲੱਦਾ ਗੈਸ ਹੁੰਦੀ ਹੈ। ਠੀਕ ਹੈ, ਅਤੇ ਇਹ ਸਰ ਕੰਪਰੈਸਰ ਹੈ, ਕੰਪਰੈਸਰ ਬੰਦੇ ਇਹਨੂੰ ਖੋਲ੍ਹਣ ਲੱਗੇ ਹਾਂ, ਖੋਲ੍ਹ ਕੇ ਚੈੱਕ ਕਰਵਾਉਣਾ ਤੁਹਾਨੂੰ ਸਰ। ਕੰਪਰੈਸਰ ਦੇ ਅੰਦਰ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਜਿਸ ਤਰ੍ਹਾਂ ਕਿ ਇਹ ਤੁਸੀਂ ਦੇਖ ਰਹੇ ਹੋ ਵਾਈਂਡਿੰਗ ਹੈ, ਵਾਈਂਡਿੰਗ ਇਹਨੂੰ ਕਹਿੰਦੇ ਨੇ ਸਟੇਟਰ। ਠੀਕ ਹੈ ਜੀ, ਇਹਦਾ ਪੰਪ ਹੈ, ਇਹ ਰੂਟਰ ਇਹਦੇ ਅੰਦਰ ਜਿਹੜਾ ਇਹਦੇ ਅੰਦਰ ਪ੍ਰੈਸ਼ਰ ਬਣਾਉਂਦਾ। ਠੀਕ ਹੈ ਜੀ, ਇਹ ਵਾਲਾ ਇਹ ਰੂਟਰ ਹੈ, ਇਹਦੇ ਅੰਦਰ ਇਸ ਤਰ੍ਹਾਂ ਚੱਲਦਾ ਹੈ, ਜਿਸ ਤਰ੍ਹਾਂ ਵਾਈਂਡਿੰਗ ਨੂੰ ਸਪਲਾਈ ਆਉਂਦੀ ਹੈ ਇਹ ਚੱਲਦਾ ਹੈ, ਇਹਦੇ ਅੰਦਰ ਪ੍ਰੈਸ਼ਰ ਬਣਦਾ ਹੈ। ਠੀਕ ਹੈ, ਇਸ ਪਾਈਪ ਵਾਲੇ ਦਾ ਗੈਸ ਹੈ ਜਿਹੜੀ ਉਹ ਡਿਸਚਾਰਜ ਹੋ ਜਾਂਦੀ ਹੈ, ਇਹ ਡਿਸਚਾਰਜ ਦਾ ਪਾਈਪ ਹੈ ਇਹਦਾ, ਇਹ ਦੋਏ ਸਕਸ਼ਨ ਦੇ ਪਾਈਪ। ਠੀਕ ਹੈ ਜੀ, ਅਤੇ ਇਹ ਵਾਈਂਡਿੰਗ ਕੰਪਰੈਸਰ ਦੇ ਅੰਦਰ ਅਤੇ ਪੰਪ ਦੋ ਮੇਨ ਚੀਜ਼ਾਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਖਰਾਬ ਹੋਣ ਦੀ ਸੂਰਤ 'ਚ ਕੰਪਰੈਸਰ ਖਤਮ ਹੋ ਜਾਂਦਾ ਹੈ, ਬੰਦ ਹੋ ਜਾਂਦਾ ਹੈ, ਅਤੇ ਉਹਨੂੰ ਜਾਂ ਤਾਂ ਕੰਪਰੈਸਰ ਨੂੰ ਚੇਂਜ ਕਰਨਾ ਪੈਂਦਾ ਹੈ ਅਤੇ ਜਾਂ ਰਿਪੇਅਰ ਕਰਵਾਉਣਾ ਪੈਂਦਾ। ਰਿਪੇਅਰ ਕਰਨ ਦੀ ਸੂਰਤ 'ਚ ਇਹ ਜਿਹੜਾ ਇਹਦਾ ਸਟੇਟਰ ਹੈ, ਵਾਈਂਡਿੰਗ ਜਿਹਨੂੰ ਕਹਿੰਦੇ ਨੇ। ਠੀਕ ਹੈ, ਇਹ ਵਾਈਂਡਿੰਗ ਇਹਦੀ ਹੈ ਜਿਹੜੀ, ਇਹ ਨਵੀਂ ਜਿਹੜੀ ਇਹ ਵਾਈਂਡ ਨਹੀਂ ਹੁੰਦੀ ਹੈ, ਵੀ ਕਿਸੇ ਹੋਰ ਕੰਪਰੈਸਰ ਦੀ ਵਾਈਂਡਿੰਗ ਕੱਢ ਕੇ ਅਤੇ ਉਹ ਇਸਤੇਮਾਲ ਕੀਤੀ ਜਾਂਦੀ ਹੈ। ਠੀਕ ਹੈ, ਅਤੇ ਜਿਹੜਾ ਪੰਪ ਹੈ ਇਹਦਾ, ਉਹ ਵੀ ਇਸੇ ਤਰ੍ਹਾਂ ਪੰਪ ਜਿਹੜਾ ਜਾਂ ਰਿਪੇਅਰ ਨਹੀਂ ਹੁੰਦਾ, ਕਿਸੇ ਹੋਰ ਕੰਪਰੈਸਰ ਦਾ ਖਰਾਬ ਦਾ ਪੰਪ ਕੱਢ ਕੇ ਅਤੇ ਉਹਨੂੰ ਇਸਤੇਮਾਲ ਕੀਤਾ ਜਾਂਦਾ। ਇਹਦਾ ਬਿਹਤਰ ਹੱਲ ਇਹੀ ਹੁੰਦਾ ਹੈ ਕਿ ਕੰਪਰੈਸਰ ਚੇਂਜ ਕਰ ਲਿੱਤਾ ਜਾਏ। ਕੰਪਰੈਸਰ ਨੂੰ ਚਲਾਉਣ ਵਾਸਤੇ ਦੋ ਚੀਜ਼ਾਂ ਹੁੰਦੀਆਂ ਨੇ, ਠੀਕ ਹੈ, ਉਹ ਇਹਦੇ ਨਾਲ ਲੱਗੀਆਂ ਹੁੰਦੀਆਂ ਨੇ, ਇਹ ਪੁਰਜੇ ਨੇ ਜਿਹੜੇ ਲੱਗੇ। ਠੀਕ ਹੈ, ਇੱਕ ਹੈ ਉੱਤੇ ਓਵਰਲੋਡ ਹੈ, ਥੱਲੇ ਰਿਲੇ ਲੱਗੀ ਹੈ। ਇਹਦੇ 'ਚ ਦੋ ਤਿੰਨ ਕਿਸਮ ਦੀਆਂ ਰਿਲੇਆਂ ਅਤੇ ਓਵਰਲੋਡ ਹੁੰਦੇ ਨੇ। ਠੀਕ ਹੈ ਜੀ, ਇੱਕ ਕਿਸਮ ਦੀ ਇਹ ਰਿਲੇ ਅਤੇ ਇਹ ਓਵਰਲੋਡ, ਇਕੱਠੀਆਂ ਦੋਏ ਚੀਜ਼ਾਂ ਲੱਗੀਆਂ। ਠੀਕ ਹੈ, ਦੋਵਾਂ 'ਚੋਂ ਇੱਕ ਵੀ ਚੀਜ਼ ਖਰਾਬ ਹੋਣ ਦੀ ਸੂਰਤ 'ਚ ਫਰਿੱਜ ਬੰਦ ਹੋ ਜਾਂਦੀ ਹੈ, ਫਰਿੱਜ ਆਨ ਨਹੀਂ ਹੋ ਸਕਦੀ ਹੈ। ਇੱਕ ਇਹ ਓਵਰਲੋਡ ਹੈ, ਇਹ ਕਪੈਸਟਰ ਟਾਈਪ ਰਿਲੇ ਅਤੇ ਓਵਰਲੋਡ ਨੇ। ਠੀਕ ਹੈ ਜੀ, ਇਹਦੇ ਨਾਲ ਇਹ ਰਿਲੇ ਲਗਾਈ ਜਾਏ, ਇਹਦੇ ਥੱਲੇ ਵਾਈਂਡਿੰਗ ਲੱਗੀ, ਅਗਰ ਕੰਪਰੈਸਰ ਕਮਜ਼ੋਰ ਹੋ ਜਾਂਦਾ ਹੈ, ਇਹ ਰਿਲੇ ਦਾ ਕਨੈਕਸ਼ਨ ਦੇ ਕੇ ਨਾਲ ਕਪੈਸਟਰ ਲਾ ਦਿੱਤਾ ਜਾਂਦਾ ਹੈ, ਕਪੈਸਟਰ ਨੂੰ ਸਟਾਰਟ ਕਰਕੇ ਝਟਕਾ ਦਿੰਦਾ ਹੈ ਅਤੇ ਕੰਪਰੈਸਰ ਸਟਾਰਟ ਹੋ ਜਾਂਦਾ ਹੈ।